29 ਜਨਵਰੀ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਅਨਆਥੋਰਾਈਜ਼ਡ ਕਲੋਨੀਆਂ ਦੀਆਂ ਰਜਿਸਟਰੀਆਂ NOC ਤੋਂ ਬਗੈਰ ਕਰਨ ਦੀ ਗੱਲ ਆਖੀ ਗਈ ਸੀ। ਉਸ ਦੀ ਆਲ ਲੈ ਕੇ ਅੰਮ੍ਰਿਤਸਰ ਦੇ ਸੰਬੰਧਿਤ ਅਧਿਕਾਰੀਆਂ ਵੱਲੋਂ ਅੰਮ੍ਰਿਤਸਰ ਵਿੱਚ ਜ਼ਮੀਨ ਦੀ ਖਰੀਦਣ ਵੇਚਣ ਦੀਆਂ ਰਜਿਸਟਰੀਆਂ ਕਰਨੀਆਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਦੇ ਚੱਲਦੇ ਅੱਜ ਅੰਮ੍ਰਿਤਸਰ ਦੇ ਵਸੀਕਾ ਨਵੀਸਾ ਵੱਲੋਂ ਪ੍ਰਧਾਨ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਵੱਡੇ ਕਾਫਲੇ ਨਾਲ ਸੰਬੰਧਿਤ ਉੱਚ ਅਧਿਕਾਰੀਆਂ ਨੂੰ ਮਿਲੇ। ਇਸ ਮੌਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਤਾੜਨਾ ਦਿੰਦੇ ਹੋਏ ਕਿਹਾ ਕਿ ਜੇਕਰ ਰਜਿਸਟਰੀਆਂ ਕਰਨ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਸੜਕਾਂ ਉੱਪਰ ਪ੍ਰਦਰਸ਼ਨ ਕਰਨਗੇ। ਅੱਜ ਦਾ ਜਿਹੜਾ ਪ੍ਰੋਟੈਸਟ ਹੈ ਜੀ, ਇਹਦੀ ਸ਼ੁਰੂਆਤ ਅਸੀਂ ਸ਼ੁੱਕਰਵਾਰ ਤੋਂ ਕੀਤੀ ਸੀ। 29 ਜਨਵਰੀ ਦੀ ਇੱਕ ਚਿੱਠੀ ਪੰਜਾਬ ਸਰਕਾਰ ਦੇ ਵੱਲੋਂ ਆਈ ਹੋਈ ਹੈ ਔਰ ਉਸ ਚਿੱਠੀ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਪੂਰੇ ਪੰਜਾਬ ਦੇ ਵਿੱਚ ਅਨਅਥੋਰਾਈਜ਼ ਕਲੋਨੀਆਂ ਦੀਆਂ ਰਜਿਸਟਰੀਆਂ ਜਿਹੜੀਆਂ ਨੇ ਉਹ ਬਿਨਾਂ NOC ਤੋਂ ਨਹੀਂ ਹੋਣਗੀਆਂ ਔਰ ਉਸੇ ਚਿੱਠੇ ਦੀ ਆੜ ਦੇ ਵਿੱਚ ਮੁਤਲਕਾ ਅਫਸਰਾਂ ਦੇ ਵੱਲੋਂ ਪੂਰੇ ਸ਼ਹਿਰ ਅੰਮ੍ਰਿਤਸਰ ਦੀਆਂ ਜਿੰਨੀਆਂ ਵੀ ਜਾਇਦਾਦ ਨੇ ਉਹਨਾਂ ਸਾਰਿਆਂ ਦੀ ਸੇਲ ਪਰਚੇਜ਼ ਜਿਹੜੀ ਹੋ ਰਹੀ ਹੈ ਉਹਨੂੰ ਰਜਿਸਟਰਡ ਕਰਨਾ ਬੰਦ ਕਰ ਦਿੱਤਾ। ਸਾਡਾ ਇਹ ਮੁਤਾਲਬਾ ਹੈ, ਸਾਡਾ ਇਹ ਓਬਜੈਕਸ਼ਨ ਹੈ ਜਿਹੜਾ ਅਸੀਂ ਲਗਾਤਾਰ ਪਿਛਲੇ 12 ਦਿਨਾਂ ਤੋਂ DRO ਸਾਹਿਬ ਨੂੰ ਔਰ ਮੁਤਲਕਾ ਤਹਿਸੀਲਦਾਰ ਸਾਹਿਬਾਨ ਦੇ ਧਿਆਨ ਵਿੱਚ ਲਿਆ ਰਹੇ ਹਾਂ ਕਿ ਇਸ ਚਿੱਠੀ ਦਾ ਮਤਲਬ ਇਹ ਹੈ ਕਿ ਜਿਹੜੀਆਂ ਅਨਅਥੋਰਾਈਜ਼ ਕਲੋਨੀਜ਼ ਨੇ ਉਹਨਾਂ ਦੀ ਸੇਲ ਪਰਚੇਜ਼ ਅਗਰ ਹੁੰਦੀ ਹੈ ਤਾਂ ਉੱਥੋਂ ਦੇ ਦਸਤਾਵੇਜ਼ ਰਜਿਸਟਰਡ ਨਹੀਂ ਹੋ ਸਕਦੇ। ਜਦਕਿ ਇਸ ਚਿੱਠੀ ਦੀ ਆੜ ਦੇ ਅੰਦਰ ਸ਼੍ਰੀ ਗੁਰੂ ਰਾਮਦਾਸ ਜੀ ਦਾ ਵਸਾਇਆ ਸ਼ਹਿਰ ਜਿਹੜਾ ਸ਼ਹਿਰ ਦੇ 12 ਗੇਟਾਂ ਦੇ ਅੰਦਰ ਹੈ ਔਰ 1995 ਤੋਂ ਪਹਿਲਾਂ ਦੀਆਂ ਜਿਹੜੀਆਂ ਬਣੀਆਂ ਕਲੋਨੀਜ਼ ਨੇ ਜਿਨ੍ਹਾਂ ਦੇ ਉੱਪਰ ਇਹ ਐਕਟ ਹੀ ਲਾਗੂ ਨਹੀਂ ਹੁੰਦਾ ਉਹਨਾਂ ਸਾਰੀਆਂ ਦੀਆਂ ਰਜਿਸਟਰੀਆਂ ਇਹਨਾਂ ਨੇ ਬੰਦ ਕਰ ਦਿੱਤੀਆਂ, ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਜਿੱਥੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਉੱਥੇ ਸਰਕਾਰ ਦੇ ਰੈਵਨਿਊ ਨੂੰ ਵੀ ਬਹੁਤ ਫਰਕ ਪੈ ਰਿਹਾ ਔਰ ਇਸ ਸ਼ਹਿਰ ਦੇ ਅੰਦਰ ਲਗਭਗ 400 ਦੇ ਕਰੀਬ ਡੀਡ ਰਾਈਟਰਸ ਔਰ ਨਾਲ ਉਹਨਾਂ ਦੇ ਸਟਾਂਪ ਫਰੋਸ਼ ਔਰ ਸਾਰੇ ਵਕੀਲ ਸਾਹਿਬਾਨ ਇਸ ਗੱਲ ਵਾਸਤੇ ਲਗਾਤਾਰ ਪੰਜਾਬ ਸਰਕਾਰ ਨੂੰ ਬਾਰ ਬਾਰ ਆਗਾਹ ਕਰ ਰਹੇ ਹਾਂ ਅਸੀਂ ਮੁਤਲਕਾ ਅਫਸਰਾਂ ਦੇ ਮਾਧਿਅਮ ਦੇ ਨਾਲ ਕਿ ਇਸ ਚਿੱਠੀ ਦਾ ਮਤਲਬ ਚਿੱਠੀ ਅਨੁਸਾਰ ਕੱਢਿਆ ਜਾਵੇ, ਨਾ ਕਿ ਆਪਣੀ ਮਰਜ਼ੀ ਮੁਤਾਬਕ ਲੋਕਾਂ ਦੁਆਰਾ ਵੇਚੀ ਜਾ ਰਹੀ ਜਾਇਦਾਦਾਂ ਨੂੰ ਸੇਲ ਪਰਚੇਜ਼ ਨੂੰ ਰਜਿਸਟਰਡ ਕਰਨ ਤੋਂ ਨਾ ਰੋਕਿਆ ਜਾਏ। ਸੋ ਅੱਜ ਜਿਹੜਾ ਸਾਡਾ ਇਹ ਪ੍ਰਦਰਸ਼ਨ ਸੀ, ਇਹ ਧਰਨਾ ਜਿਹੜਾ ਹੈ, ਅਸੀਂ ਇੱਕ ਰੋਸ ਮਾਰਚ ਕਰਦੇ ਹੋਏ ਆਪਣੇ ਮੁਤਲਕਾ ਅਫਸਰਾਂ ਤਹਿਸੀਲਦਾਰ ਸਾਹਿਬਾਨ ਨੂੰ ਮਿਲੇ ਹਾਂ, ਉਹਨਾਂ ਨਾਲ ਆਪਣੀ ਗੱਲ ਰੱਖੀ ਹੈ। ਉਹਨਾਂ ਨੇ ਸਾਨੂੰ ਅੱਗੋਂ ਇਹ ਗੱਲ ਕਹੀ ਹੈ ਕਿ ਤੁਹਾਡਾ ਮੁਤਾਲਬਾ ਬਿਲਕੁਲ ਜਾਇਜ਼ ਹੈ, ਤੁਹਾਡੇ ਜਿਹੜੇ ਓਬਜੈਕਸ਼ਨਸ ਨੇ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤ ਗੱਲ ਨਹੀਂ ਹੈ। ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਕਿ ਬਹੁਤ ਜਲਦੀ ਆਲਾ ਅਫਸਰਾਂ ਦੇ ਨਾਲ ਗੱਲ ਕਰਕੇ ਮਾਣਯੋਗ DC ਸਾਹਿਬ ਦੇ ਧਿਆਨ ਵਿੱਚ ਇਹ ਲਿਆ ਕਰਕੇ ਇਹ ਜਿਹੜੀ ਸਮੱਸਿਆ ਹੈ ਇਹਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਏਗਾ। ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਸਿਰਫ ਅੰਮ੍ਰਿਤਸਰ ਦੇ ਅੰਦਰ ਹੀ ਨਹੀਂ ਪੂਰੇ ਪੰਜਾਬ ਦੇ ਸਾਰੇ ਜਨਪ੍ਰਤੀਨਿਧੀਆਂ ਅੱਗੇ ਬੇਨਤੀ ਹੈ ਕਿ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ, ਇਹ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨਾਲ ਜੁੜਿਆ ਮੁੱਦਾ ਹੈ। ਜਿੰਨੇ ਪ੍ਰਾਪਰਟੀ ਡੀਲਰਸ ਨੇ, ਜਿੰਨੇ ਕਲੋਨਾਈਜ਼ਰਸ ਨੇ, ਜਿੰਨੇ ਫਾਈਨਾਂਸਰਸ ਨੇ, ਉਹਨਾਂ ਅੱਗੇ ਮੇਰੀ ਬੇਨਤੀ ਹੈ ਕਿ ਸਾਰੇ ਸਾਡੇ ਸੰਘਰਸ਼ ਦਾ ਹਿੱਸਾ ਬਣੋ। ਅੱਜ ਅਸਟਾਮ ਫਰੋਸ਼ਾਂ ਵੱਲੋਂ, ਵਸੀਕਾ ਨਵੀਸਾਂ ਵੱਲੋਂ ਔਰ ਸਾਰੀਆਂ ਸੰਬੰਧਿਤ ਜਥੇਬੰਦੀਆਂ ਦੇ ਵੱਲੋਂ ਪੂਰਨ ਬੰਦ ਰੱਖਿਆ ਗਿਆ ਹੈ। ਅਸੀਂ ਸਾਰੇ ਯੂਨੀਅਨ ਦੇ ਨੁਮਾਇੰਦਿਆਂ ਨੇ ਜਲੰਧਰ ਵਿਖੇ ਵੀ ਆਪਣੇ ਡੀਡ ਰਾਈਟਰਸ ਨਾਲ ਗੱਲ ਕੀਤੀ ਹੈ, ਤਰਨ ਤਾਰਨ ਵਿਖੇ ਗੱਲ ਕੀਤੀ ਹੈ, ਮਜੀਠਾ ਵਿਖੇ ਗੱਲ ਕੀਤੀ ਹੈ, ਸਾਰੀਆਂ ਸਭ ਤਹਿਸੀਲਾਂ ਔਰ ਸਾਰੀਆਂ ਤਹਿਸੀਲਾਂ ਦੇ ਅੰਦਰ ਅਸੀਂ ਆਪਣਾ ਜਿਹੜਾ ਮੈਸੇਜ ਹੈ ਉਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਇਹ ਬੇਨਤੀ ਕਰਨੇ ਹਾਂ ਕਿ ਇਹ ਸੰਘਰਸ਼ ਜਿਹੜਾ ਇਹ ਹੋਰ ਤੇਜ਼ ਵੀ ਕਰਨਾ ਪਏਗਾ ਅਤੇ ਆਪਾਂ ਕਰਾਂਗੇ, ਲੇਕਿਨ ਪੰਜਾਬ ਸਰਕਾਰ ਦੇ ਇਸ ਨਾਦਰਸ਼ਾਹੀ ਫਰਮਾਨ ਦੇ ਅੱਗੇ ਕੋਈ ਵਸੀਕਾ ਨਵੀਸ, ਕੋਈ ਅਸਟਾਮ ਫਰੋਸ਼ ਔਰ ਪਬਲਿਕ ਦਾ ਕੋਈ ਵੀ ਜਿਹੜਾ ਨੁਮਾਇੰਦਾ ਹੈ, ਕੋਈ ਜਨਪ੍ਰਤੀਨਿਧੀ ਹੈ, ਉਹ ਝੁਕੇਗਾ ਨਹੀਂ ਔਰ ਪੰਜਾਬ ਸਰਕਾਰ ਦੀ ਜਿਹੜੀ ਇਹ ਤੁਗਲਕੀ ਫਰਮਾਨ ਹੈ ਉਹਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ ਔਰ ਰੀਅਲ ਅਸਟੇਟ ਜਿਹਦੇ ਨਾਲ ਪ੍ਰਫੁੱਲਿਤ ਹੋਵੇ, ਰੀਅਲ ਅਸਟੇਟ ਜਿਹਦੇ ਨਾਲ ਵਧੇ ਫੁੱਲੇ, ਉਹਦੇ ਵਾਸਤੇ ਕੋਈ ਠੋਸ ਨੀਤੀ ਲਿਆਉਣੀ ਚਾਹੀਦੀ ਹੈ ਤਾਂ ਕਿ ਲੋਕ ਇਸ ਰੁਜ਼ਗਾਰ ਦੇ ਅੰਦਰ, ਇਸ ਕਾਰੋਬਾਰ ਦੇ ਅੰਦਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਔਰ ਇਸ ਕਾਰੋਬਾਰ ਨੂੰ ਹੋਰ ਤੇਜ਼ੀ ਦੇ ਨਾਲ ਅੱਗੇ ਵਧਾ ਸਕਣ। ਮੇਰੀ ਇਹ ਬੇਨਤੀ ਹੈ। ਅਗਲੀ ਰਣਨੀਤੀ ਇਹ ਹੈ ਕਿ ਅੱਜ ਜਿਵੇਂ ਅਸੀਂ ਸਾਰੇ ਅਫਸਰਾਂ ਨੂੰ ਮਿਲ ਕੇ ਆਏ ਹਾਂ, ਜੇ ਉਹਨਾਂ ਅਫਸਰਾਂ ਦੇ ਵੱਲੋਂ ਜਿਹੜੇ ਸਾਡੇ ਮੁਤਾਲਬੇ ਨੇ ਜਿਹੜੇ ਕਿ ਜਾਇਜ਼ ਨੇ,
ਜਾਇਜ਼ ਮੁਤਾਲਬੇ ਅਗਰ ਸਾਡੇ ਨਹੀਂ ਮੰਨੇ ਜਾਂਦੇ ਤਾਂ ਅਸੀਂ ਅੱਗੋਂ ਆਪਣੇ ਲੋਕਤਾਂਤਰਿਕ ਤਰੀਕੇ ਦੇ ਨਾਲ ਧਰਨੇ ਪ੍ਰਦਰਸ਼ਨ ਹੁਣ ਤਾਂ ਤਹਿਸੀਲ ਕੰਪਲੈਕਸ ਦੇ ਵਿੱਚ ਅਸੀਂ ਰੱਖੇ ਨੇ। ਅਗਰ ਸਾਨੂੰ ਤਹਿਸੀਲ ਕੰਪਲੈਕਸ ਦੇ ਵਿੱਚੋਂ ਬਾਹਰ ਨਿਕਲ ਕਰਕੇ ਲੋਕਾਂ ਦੇ ਸਹਿਯੋਗ ਦੇ ਨਾਲ ਜਿੱਥੇ ਕਿਤੇ ਵੀ ਧਰਨਾ ਪ੍ਰਦਰਸ਼ਨ ਕਰਨਾ ਪਏਗਾ ਆਪਾਂ ਸਾਰੇ ਲੋਕਾਂ ਨੂੰ ਨਾਲ ਲੈ ਕਰਕੇ ਕਰਾਂਗੇ। ਲੇਕਿਨ ਇਸ ਤੁਗਲਕੀ ਫਰਮਾਨ ਨੂੰ ਵਾਪਸ ਲੈਣ ਵਾਸਤੇ ਪੰਜਾਬ ਸਰਕਾਰ ਨੂੰ ਹਰ ਹਾਲਤ ਦੇ ਵਿੱਚ ਸਾਡੀ ਇਹ ਬੇਨਤੀ ਜਿਹੜੀ ਆ ਉਹ ਮੰਨਣੀ ਪਏਗੀ।